ਆਪਣੇ ਲੋਕ ਸੋਚਦੇ ਆ ਵੀ ਇਹਨੂੰ ਇੰਗਲਿਸ਼ ਚ ਪਾਈਨੈਪਲ ਤੇ ਹਿੰਦੀ ਜਾਂ ਪੰਜਾਬੀ ਜਾਂ ਆਪਣੀ ਇੰਡੀਅਨ ਭਾਸ਼ਾ ਚ ਇਹਨੂੰ ਅਨਾਨਾਸ ਕਹਿੰਦੇ ਆ ਪਰ ਅਸਲ ਚ ਜਿਹੜਾ ਅਨਾਨਾਸ ਵਰਡ ਹੈ ਉਹ ਇੰਡੀਅਨ ਵਰਡ ਹੈ ਹੀ ਨਹੀਂਗਾ ਕਿਉਂਕਿ ਜਿਹੜਾ ਪਾਈਨੈਪਲ ਹੈ ਉਹ ਸਾਊਥ ਅਮਰੀਕਾ ਦਾ ਫਰੂਟ ਹੈ ਤੇ ਸਾਊਥ ਅਮਰੀਕਾ ਵਾਲਿਆਂ ਦੀ ਨੇਟਿਵ ਭਾਸ਼ਾ ਚ ਇਹਨੂੰ ਨਾਨਾਸ ਕਹਿੰਦੇ ਸੀ ਨਾਨਾਸ ਤੋਂ ਇਹ ਯੂਰਪ ਚ ਜਾ ਕੇ ਬਣ ਗਿਆ ਅਨਾਨਾਸ ਪਰ ਇੰਗਲਿਸ਼ ਲੋਕ ਇਹਨੂੰ ਕਹਿਣ ਲੱਗੇ ਪਾਈਨੈਪਲ ਕਿਉਂਕਿ ਜਿਹੜੇ ਪੁਰਾਣੇ ਇੰਗਲਿਸ਼ ਲੋਕ ਸੀਗੇ ਉਹ ਹਰੇਕ ਫਰੂਟ ਨੂੰ ਐਪਲ ਕਹਿੰਦੇ ਸੀਗੇ ਇਹ ਪਾਈਨ ਦੇ ਤਾ ਲੱਗਿਆ ਕਿਉਂਕਿ ਜਿਹੜਾ ਪਾਈਨ ਦਾ ਟ੍ਰੀ ਹੈ ਉਹਦੇ ਉੱਤੇ ਜਿਹੜਾ ਕੋਨ ਲੱਗਿਆ ਹੁੰਦਾ ਉਹ ਸਿਰਜ ਦੇਖਣ ਵਰਗਾ ਲੱਗਦਾ ਇਸ ਲਈ ਬਣ ਗਿਆ ਪਾਈਨੈਪਲ ਜਿੰਨੀ ਇਹ ਗੱਲ ਇੰਟਰਸਟਿੰਗ ਸੀਗੀ ਉਨੀ ਹੀ ਪਾਈਨੈਪਲ ਦੀ ਸਟੋਰੀ ਇੰਟਰਸਟਿੰਗ ਹੈ ਜੋ ਕਿ ਮੈਂ ਲੈ ਕੇ ਆ ਰਿਹਾ ਪਾਈਨੈਪਲ ਦੀ ਸਟੋਰੀ ਥੋੜੇ ਨਾਲ ਤੱਕ ਆਪਣੇ YouTube ਚੈਨਲ ਬਾੜ ਬੋਲਦਾ ਤੇ ਸਾਰਿਆਂ ਨੇ ਚੈੱਕ ਕਰਿਓ